ਜਦੋਂ ਵਿਆਹ ਕਰਾਉਂਦੇ ਲਗਾਉਂਦੇ ਆ ਪਰ ਸਾਡੇ ਭਰਾ ਦਾ ਵਿਆਹ ਆ ਨਾ ਨੀ ਦੱਸਣਾ ਤੇ ਸਾਰਿਆਂ ਨੂੰ ਬੇਨਤੀ ਆ 2-3 ਤਰੀਕ ਨੂੰ ਖੁੱਲਾ ਸੱਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉਹ ਸਿੰਗਰ ਜਿਸ ਨੇ ਗੱਲਾਂ ਮਿੱਠੀਆਂ ਕਦਰ ਤੇ ਹਾਲ ਹੀ 'ਚ ਰਿਲੀਜ਼ ਹੋਏ ਗਾਣੇ ਬਾਸਕਰ ਦੇ ਨਾਲ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਪਹਿਚਾਣ ਬਣਾਈ ਹੈ। ਜੀ ਹਾਂ, ਮੈਂ ਗੱਲ ਕਰ ਰਿਹਾ ਮਨਕੀਰਤ ਔਲਖ ਦੀ। ਮਨਕੀਰਤ ਔਲਖ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ ਦੇ ਵਿੱਚ ਮਨਕੀਰਤ ਔਲਖ 20 ਪਰਾਗ ਨੂੰ ਉਹਨਾਂ ਦੇ ਵਿਆਹ ਦੀਆਂ ਵਧਾਈਆਂ ਦੇ ਰਹੇ ਨੇ। ਆਓ ਨਜ਼ਰ ਮਾਰੀਏ ਮਨਕੀਰਤ ਔਲਖ ਦੀ ਉਸ ਵੀਡੀਓ ਦੇ ਉੱਤੇ। ਸਤਿ ਸ਼੍ਰੀ ਅਕਾਲ ਜੀ। ਲੋਕੀ ਜਦੋਂ ਵਿਆਹ ਕਰਾਉਂਦੇ ਲਗਾਉਂਦੇ ਆ ਪਰ ਸਾਡੇ ਭਰਾ ਦਾ ਵਿਆਹ ਆ ਨਾ ਨੀ ਦੱਸਣਾ ਤੇ ਸਾਰਿਆਂ ਨੂੰ ਬੇਨਤੀ ਆ 2-3 ਤਰੀਕ ਨੂੰ ਖੁੱਲਾ ਸੱਦਾ ਤੇ ਅਸੀਂ ਸਾਰੇ ਭਰਾ ਸਾਰੇ ਉੱਥੇ ਹੋਵਾਂਗੇ ਤੇ ਜਗ੍ਹਾ ਲੱਭ ਲਿਓ। ਇਸ ਵੀਡੀਓ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਸ਼ਾਇਦ 20 ਪਰਾਕ ਆਪਣਾ ਵਿਆਹ ਕਰਵਾਉਣ ਜਾ ਰਹੇ ਨੇ ਜਿਸ ਦਾ ਇਨਵੀਟੇਸ਼ਨ ਉਹ ਮਨਕੀਰਤ ਔਲਖ ਨੂੰ ਦੇਣ ਆਏ ਨੇ। ਜਾਂ ਫਿਰ ਹੋ ਸਕਦਾ ਹੈ ਕਿ ਇਹ ਤਿਆਰੀ ਹੋਵੇ ਇੱਕ ਐਸੇ ਗਾਣੇ ਦੀ ਜਿਸ ਦਾ ਥੀਮ ਹੋਵੇ ਵਿਆਹ ਤੇ ਜਿਸ ਨੂੰ ਕਰ ਰਹੇ ਹੁਣ ਕੋਲੈਬੋਰੇਸ਼ਨ ਦੇ ਵਿੱਚ 20 ਪਰਾਕ ਜਾਨੀ ਤੇ ਮਨਕੀਰਤ ਔਲਖ।